ਇੱਕ ਕੱਪੜਾ ਵਪਾਰੀ ਦੇ ਮੁੰਡੇ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜਦੋਂ ਕੱਪੜਾ ਵਪਾਰੀ ਦਾ ਮੁੰਡਾ ਆਪਣੀ BMW ਕਾਰ ਦੇ ਵਿੱਚ ਦੋ ਦੋਸਤਾਂ ਦੇ ਨਾਲ ਜਾ ਰਿਹਾ ਸੀ ਤਾਂ ਪਿੱਛੋਂ ਆਈ ਇੱਕ ਸਫੇਦ ਰੰਗ ਦੀ ਬ੍ਰਿਜ਼ਾ ਗੱਡੀ ਦੇ ਵਿੱਚੋਂ ਕੁਝ ਹਮਲਾਵਰਾਂ ਦੇ ਵੱਲੋਂ ਅੰਧਾਧੁੰਦ ਗੋਲੀਆਂ ਚਲਾਈਆਂ ਜਾਂਦੀਆਂ ਨੇ, ਅੰਨੇਵਾਹ ਫਾਇਰਿੰਗ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਕੱਪੜਾ ਵਪਾਰੀ ਦਾ ਮੁੰਡਾ ਵਾਲ ਵਾਲ ਬਚ ਗਿਆ। ਹਾਲਾਂਕਿ ਉਸਨੇ ਆਪਣਾ ਬਚਾਅ ਕਰਦੇ ਹੋਏ ਜਦੋਂ ਆਪਣਾ ਹੈੱਡ ਜੋ ਹੈ ਉਹ ਡਾਊਨ ਕਰ ਲਿਆ ਤਾਂ ਉਸ ਤੋਂ ਬਾਅਦ ਸਿੱਧੀਆਂ ਹੀ ਜੋ ਦੋ ਗੋਲੀਆਂ ਨੇ ਜਾ ਕੇ ਸ਼ੀਸ਼ੇ ਦੇ ਉੱਤੇ ਲੱਗਦੀਆਂ ਨੇ ਦੂਸਰੀ ਸੀਟ ਦੇ ਉੱਤੇ, ਜਿਸ ਦੇ ਵਿੱਚ ਜੋ ਕੱਪੜਾ ਵਪਾਰੀ ਦਾ ਮੁੰਡਾ ਉਹ ਵਾਲ ਵਾਲ ਬਚ ਜਾਂਦਾ ਹੈ। ਹਾਲਾਂਕਿ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਗੱਡੀ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਾਫ਼ ਦੇਖੀਆਂ ਜਾ ਸਕਦੀਆਂ ਨੇ। ਉੱਥੇ ਕੱਪੜਾ ਵਪਾਰੀ ਦਾ ਕਹਿਣਾ ਸੀ ਕਿ ਉਹਨਾਂ ਦੇ ਮੁੰਡੇ ਦੀ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ। 307 ਦੇ ਮੁਕੱਦਮੇ ਦੇ ਵਿੱਚ ਇਹ ਮੇਨ ਗਵਾਹ ਸੀ ਅਤੇ ਹੁਣ ਇਸ ਨੂੰ ਗਵਾਹੀ ਤੋਂ ਹਟਣ ਦੇ ਲਈ ਕਿਹਾ ਜਾ ਰਿਹਾ ਕਿ ਇਸ ਦੇ ਉੱਤੇ ਹਮਲੇ ਕਰਵਾਏ ਜਾ ਰਹੇ ਨੇ। ਤਾਂ ਦੱਸ ਦਈਏ ਕਿ ਦੋ ਦੋਸਤਾਂ ਦੇ ਨਾਲ ਕੱਪੜਾ ਵਪਾਰੀ ਦਾ ਮੁੰਡਾ ਘੁੰਮਣ ਦੇ ਲਈ ਨਿਕਲਿਆ ਸੀ ਪਰ ਰਸਤੇ ਦੇ ਵਿੱਚ ਹੀ ਉਸਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ। ਹਾਲਾਂਕਿ ਜਦੋਂ ਗੋਲੀਆਂ ਤੋਂ ਬਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਦੀ BMW ਕਾਰ ਦੇ ਵਿੱਚ ਕਈ ਵਾਰ ਆਪਣੀ ਕਾਰ ਨਾਲ ਹਮਲਾਵਰਾਂ ਦੇ ਵੱਲੋਂ ਟੱਕਰ ਵੀ ਮਾਰੀ ਜਾਂਦੀ ਹੈ, ਜਿਸ ਦੇ ਵਿੱਚ ਕੱਪੜਾ ਵਪਾਰੀ ਦਾ ਮੁੰਡਾ ਵਾਲ ਵਾਲ ਬਚਿਆ। ਫਿਲਹਾਲ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਈ ਹੈ। ਤਿੰਨ ਫਰੈਂਡ ਸੀਗੇ ਤੇ ਇੱਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ। ਇਹਨਾਂ ਨੂੰ ਇੰਝ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ 'ਚ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ ਤੇ ਦੋ ਤਿੰਨ ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਤੇ ਬਿਲਕੁਲ ਗੱਡੀ ਡੈਮੇਜ ਕਰਤੀ। ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ, ਉਹਨਾਂ ਨੇ ਅੰਧਾਧੁੰਦ ਫਾਇਰਿੰਗ ਕੀਤੀ ਇਹਨਾਂ 'ਤੇ ਨਾ ਤੇ ਇਹ ਨਹੀਂ ਪਤਾ, ਕਾਫੀ ਗੋਲੀਆਂ ਚੱਲੀਆਂ ਤੇ ਗੋਲੀਆਂ ਅਜੇ ਵੀ ਗੱਡੀ ਦੇ ਵਿੱਚ ਨੇ, ਇੱਕ ਨੀਚੇ ਵੀ ਹੈ ਗੱਡੀ ਦੀ ਡੋਰ 'ਤੇ ਵੀ ਲੱਗੀ ਹੋਈ ਹੈ, ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ ਤੇ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ। ਉਹ 'ਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਫੜੇ ਨਹੀਂ ਗਏ, ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਸਲੇ ਬੁਲੰਦ ਹੋਏ ਹੋਏ ਆ ਵੀ ਕੋਈ ਕਾਰਵਾਈ ਨਹੀਂ ਹੋਈ। ਇਹ ਇੱਕ ਤਾਂ ਆਰੀਅਨ ਮੁੰਡਾ ਹੈ, ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਉਹਨਾਂ ਦੇ, ਇੱਕ ਕੋਈ ਭੂਰਾ ਭੂਰਾ ਮੁੰਡਾ ਹੈਗਾ ਜਿਨ੍ਹਾਂ ਨੂੰ ਦੀਪਾ ਭੂਰੇ ਵਾਲਾ ਜੀ, ਦੋ ਜਾਣੇ ਪਹਿਚਾਣੇ ਗਏ ਆ, ਦੋ ਜਾਣਿਆਂ ਨੂੰ ਪਹਿਚਾਣਦੇ ਸੀ ਬੱਚੇ। ਰੰਜਿਸ਼ ਕੋਈ ਨਹੀਂ ਹੈਗੀ, ਰੰਜਿਸ਼ ਕੋਈ ਨਹੀਂ, ਇਹ ਤਾਂ ਇਹਨਾਂ 307 'ਚ ਮੇਰਾ ਬੇਟਾ ਗਵਾਹ ਹੈ ਜਦੋਂ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਸੀ, ਦੋ ਬੱਚਿਆਂ ਦੇ ਪਹਿਲਾਂ ਗੋਲੀ ਲੱਗੀ ਸੀ ਅਤੇ ਉਹਨਾਂ ਦੇ ਇਹਨਾਂ ਦੇ ਨਾਮ ਪਰਚੇ 'ਤੇ ਦਰਜ ਨੇ ਉਸ 'ਚ ਵੀ ਅਣਪਛਾਤਿਆਂ 'ਚ, ਅਤੇ ਇਸ ਕਰਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ। ਠੀਕ ਹੈ, ਅਤੇ ਉਸ ਤੁਹਾਡੇ ਬੇਟੇ ਨਾਲ ਕੌਣ ਕੌਣ ਸੀਗਾ, ਇਕੱਲੇ ਹੀ ਸੀਗਾ? ਨਹੀਂ, ਦੋ ਬੇਟੇ ਹੋਰ ਸੀ ਉਹਨਾਂ ਦੇ ਨਾਲ, ਨਾ ਉਹਦੇ ਦੋ ਫਰੈਂਡ ਹੋਰ ਸੀਗੇ। ਅੱਛਾ, ਹਾਂਜੀ। ਅਤੇ ਇੱਕਦਮ ਅਚਾਨਕ ਹੋਇਆ ਸਭ ਕੁਝ? ਹਾਂਜੀ, ਇੱਕਦਮ ਅਚਾਨਕ, ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਕੋਈ ਇਹਨਾਂ ਦੇ ਪਿੱਛੇ ਆ ਰਿਹਾ, ਇੱਕਦਮ ਇਹਨਾਂ ਨੇ ਦੇਖਿਆ ਮੇਰੇ 'ਚੋਂ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਅਤੇ ਇੱਕਦਮ ਫਿਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ, ਪਹਿਲਾਂ ਟੱਕਰ ਮਾਰੀ ਲਿਆ ਕੇ ਨਾਲ ਬਿਲਕੁਲ, ਫਿਰ ਇੱਕਦਮ ਫਾਇਰਿੰਗ ਸ਼ੁਰੂ ਕਰਤੀ। ਅਤੇ ਪੁਲਿਸ ਮੌਕੇ 'ਤੇ ਆਈ ਸੀਗੀ? ਹਾਂਜੀ, ਪੁਲਿਸ ਮੌਕੇ 'ਤੇ ਆਈ ਹੈ, ਬਿਆਨ ਲੈ ਰਹੀ ਹੈ, ਦੇਖੋ ਕੀ ਕਰ ਰਹੇ ਨੇ। ਚਾਹੁੰਦੇ ਕੀ ਹੋ? ਚਾਹੁੰਦੇ ਇਹ ਆ ਵੀ ਹੁਣ ਇਹਨਾਂ ਨੂੰ ਫੜਿਆ ਜਾਵੇ, ਪਹਿਲਾਂ ਵੀ ਜਿਹੜੇ ਮੇਨ ਦੋਸ਼ੀ ਸੀ ਉਹ ਸਾਰੇ ਫਰਾਰ ਹੋ ਗਏ, ਆਊਟ ਆਫ ਕੰਟਰੀ ਚਲੇ ਗਏ ਉਹ। ਠੀਕ ਹੈ, ਅਤੇ ਹੁਣ ਜਿਹੜੇ ਨੇ ਇਹ ਵੀ ਕੁਛ ਨਾ ਕੁਛ ਕਰਨਗੇ, ਉਹਨਾਂ ਦੇ ਹੀ ਹੈਗੇ ਆ ਲੋਕ ਇਹ ਸਾਰੇ, ਤਾਂ ਹੀ ਇਹ ਕੁਛ ਕਰ ਰਹੇ ਨੇ, ਕਿਉਂਕਿ ਨੀਡਰ ਹੋਏ ਹੋਏ ਨੇ, ਉਹਨਾਂ ਨੂੰ ਪਤਾ ਵੀ ਪੁਲਿਸ ਕੁਛ ਕਰ ਨਹੀਂ ਸਕਦੀ, ਸਾਡਾ ਭੱਜ ਜਾਂਦੇ ਨੇ ਵਾਰਦਾਤ ਕਰਕੇ। ਇੱਦਾਂ ਦਾ ਕਿਸੇ ਨੂੰ ਵੀ ਕਿਸੇ ਟਾਈਮ ਵੀ ਖਤਰਾ ਹੈ ਵੀ ਸਾਡਾ ਤਾਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ, ਸਾਨੂੰ ਤਾਂ ਸਿਕਿਉਰਿਟੀ ਚਾਹੀਦੀ ਹੈ ਪੁਲਿਸ ਤੋਂ, ਮੇਰਾ ਬੇਟਾ ਕਦੋਂ ਤੱਕ ਅੰਦਰ ਬੈਠਾ ਰਹੂਗਾ,
ਬੰਦਾ ਘਰੋਂ ਤਾਂ ਬਾਹਰ ਨਿਕਲਦਾ ਹੀ ਹੈ ਨਾ। ਬੇਟਾ ਕੀ ਕੰਮ ਕਰਦਾ ਤਾ? ਬੇਟਾ ਮੇਰਾ ਸਟੱਡੀ ਕਰ ਰਿਹਾ ਬੈਂਗਲੋਰ, ਉਹਦਾ ਲਾਸਟ ਈਅਰ ਚੱਲ ਰਿਹਾ, ਥਰਡ ਈਅਰ ਦੀ। ਇੱਥੇ ਮਕੀ ਹੁਣ ਹਾਂਜੀ ਛੁੱਟੀਆਂ ਚ ਆਇਆ ਸੀ, ਉਹ ਗੱਡੀ ਲੈਣ ਆਇਆ ਸੀਗਾ। ਅੱਛਾ ਹਾਂਜੀ। ਕਿਹੜੀ ਗੱਡੀ ਜਿਹਦੇ ਤੇ ਅਟੈਕ? BMW ਸੀਗੀ, ਤੇ ਉਹ ਬ੍ਰੇਜ਼ਾ ਗੱਡੀ 'ਚ ਸੀਗੇ, ਵਾਈਟ ਕਲਰ ਦੀ ਬ੍ਰੇਜ਼ਾ ਸੀਗੀ, ਉਹ ਭਰੀ ਹੋਈ ਸੀ, ਕਾਫੀ ਜਾਣੇ ਸੀ ਉਸ ਗੱਡੀ 'ਚ ਨਾ। ਮੈਂ ਸੰਜੀਵ ਪਾਰਦੇ ਜੀ। ਕਿੱਥੇ ਰਹਿੰਦੇ ਹੋ? 8B ਸਰਾਭਾ ਨਗਰ ਮਲਾਹ ਰੋਡ 'ਤੇ ਮੇਨ 'ਤੇ। ਅੱਛਾ, ਕੀ ਹੋਇਆ ਅੱਜ? ਅੱਜ ਮੇਰਾ ਬੇਟਾ ਆਪਣੇ ਗੈਰੀ ਪਾਰਦੇ, ਆਪਣੇ ਦੋ ਦੋਸਤਾਂ ਨਾਲ, ਜਦੋਂ ਸਰਾਭਾ ਨਗਰ 'ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਰਣਜੀਤ ਸਿੰਘ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਨਾਲ ਮੁੜਿਆ, ਉਹਦੇ ਬਰਾਬਰ ਆ ਕੇ ਗੱਡੀ ਆਈ, ਅਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ, ਰਾਈਟ ਵਾਲੇ ਦੇਖਿਆ, ਇੰਨੇ 'ਚ ਉਹਨੇ ਗੰਨ ਕੱਢੀ ਹੋਈ ਸੀ, ਉਹਨੇ ਫਾਇਰਿੰਗ ਕਰਤੀ, ਇਹਨੇ ਗੱਡੀ ਦੇ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ, ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ 'ਚ ਵੱਜੀਆਂ, ਸ਼ੀਸ਼ਾ ਤੋੜ ਕੇ, ਅਤੇ ਉਹਨਾਂ ਨੇ ਵਿੱਚ ਗੱਡੀ ਮਾਰੀ 2-3 ਵਾਰੀ, ਅਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਪਿੱਛੇ ਦੁਬਾਰਾ, ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ, ਉੱਥੋਂ ਨਿਕਲ ਗਏ। ਕਿਹੜੀ ਗੱਡੀ ਸੀ, ਕਿੰਨੇ ਬੰਦੇ ਸੀ ਜਿਹਨੇ ਹਮਲਾ ਕੀਤਾ? ਉਹਦੇ ਅੱਗੇ 2 ਜਿਹੜੇ ਜਾਣੇ ਸੀ, ਉਹਨਾਂ ਨੂੰ ਪਹਿਚਾਣਦੇ, ਬਾਈ ਨੇਮ ਵੀ ਜਾਣਦੇ ਨੇ, ਉਹਨਾਂ ਦੀ ਫੋਟੋ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ, ਅਤੇ ਉਹ ਗੱਡੀ ਕਿਹੜੀ ਸੀਗੀ? ਵਾਈਟ ਬਰੀਜ਼ਾ, ਵਾਈਟ ਗੱਡੀ ਸੀ, ਅਤੇ ਪਿੱਛੇ 3-4 ਜਾਣੇ ਸੀ, ਫੁੱਲ ਗੱਡੀ ਫੁੱਲ ਸੀ ਜੀ। ਠੀਕ ਹੈ, ਅਤੇ ਕਿਹੜੇ ਬੰਦੇ ਪਹਿਚਾਣੇ ਗਏ ਨੇ, ਉਹਨਾਂ ਦਾ ਕੀ ਨਾਮ ਹੈ? ਇੱਕ ਆਰਿਅਨ ਹੈ ਲੜਕਾ, ਇੱਕ ਆਰਿਅਨ ਹੈ ਜੀ, ਇੱਕ ਦੀਪਾ ਪੂਰਾ, ਇੱਕ ਦੀਪਾ ਪੂਰਾ ਹੈ ਜੀ। ਕੋਈ ਰੰਜਿਸ਼ ਹੈਗੀ ਪੁਰਾਣੀ? ਰੰਜਿਸ਼ ਪੁਰਾਣੀ? ਰੰਜਿਸ਼ ਕੋਈ ਨਹੀਂ ਗੀ, ਰੰਜਿਸ਼ ਕੋਈ ਨਹੀਂ ਜੀ। ਮਲ ਟਾਊਨ ਪਹਿਲਾਂ ਇਹਦੇ ਦੋਸਤਾਂ ਅਤੇ ਇਹਦੇ ਗੈਰੀ ਭਾਰਦਵਾਜ 'ਤੇ ਫਾਇਰਿੰਗ ਹੋਈ ਸੀ, ਜਿਹ 'ਚ ਇਹ ਗਵਾਹ ਸੀਗਾ ਉਸ ਕੇਸ 'ਚ, ਇਹਦੇ ਨਾਲ ਦੇ ਦੋਸਤਾਂ ਨੂੰ ਇੱਕ ਨੂੰ 2 ਗੋਲੀਆਂ ਨੇ, ਗੋਲੀ ਲੱਗੀ ਸੀ ਉਹ 'ਚ, ਜਿਹੜੇ 6 ਬਾਈ ਨੇਮ ਸੀਗੇ, 20 ਬੰਦੇ ਦੂਜੇ ਸੀਗੇ, ਉਹ 'ਚ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ, ਅਣਜਾਣ 3-4 ਅਰੈਸਟ ਹੋਏ ਨੇ, ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ, ਉਹ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ। ਪਹਿਲਾਂ ਵੀ ਬੜੀ ਮੁਸ਼ਕਿਲ ਇਹਨਾਂ ਦੀ ਜਾਨ ਬਚੀ ਸੀ। ਹੁਣ ਚਾਹੁੰਦੇ ਕੀ ਹੋ? ਚਾਹੁੰਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਵੀ ਕਾਨੂੰਨ ਆਪਣਾ ਕੰਮ ਕਰੇ। ਆਊਟ ਆਫ ਕੰਟਰੀ ਭੱਜ ਜਾਂਦੇ ਨੇ, ਕੋਈ ਕਾਰਵਾਈ ਨਹੀਂ ਹੋਈ। ਹਾਂਜੀ ਸਰ, ਕੀ ਮਾਮਲਾ ਦਾ, ਕਿੱਥੇ ਹੋਇਆ, ਕੀ ਫਾਇਰਿੰਗ ਹੋਈ ਹੈ? ਇਹ ਮਾਮਲਾ ਇੰਸੀਡੈਂਟ ਹੋਇਆ ਆਪਣੇ ਜੂਨ ਡੀ ਜਿਹੜਾ ਕੋਪਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ, ਅਤੇ ਇੱਕ ਗੈਰੀ ਭਾਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ, ਇੱਕ ਗੱਡੀ ਆਈ ਹੈ ਉਹਦੇ ਨਾਲ, ਉਹਨਾਂ ਨੇ ਉਹਨਾਂ 'ਤੇ ਫਾਇਰਿੰਗ ਕੀਤੀ ਹੈ। ਠੀਕ ਹੈ, ਅਤੇ ਕੋਈ ਆਪਸੀ ਰੰਜਿਸ਼ ਹੈ, ਕੋਈ ਪੁਰਾਣੀ ਰੰਜਿਸ਼ ਹੈ ਜਾਂ ਇਹ ਬਾਕੀ ਵੈਰੀਫਾਈ ਕਰ ਰਹੇ ਇਹਨਾਂ ਦੇ 1-2 ਬੰਦਿਆਂ ਨਾਲ ਪਹਿਲਾਂ ਹੋਇਆ ਵਾ ਇਹਨਾਂ ਦਾ ਪਰਚਾ ਵਗੈਰਾ, ਉਹ ਤਾਂ ਵੈਰੀਫਾਈ ਕਰ ਰਹੇ, ਇਹਨਾਂ ਨੂੰ ਸ਼ੱਕ ਹੈ ਉਹਨਾਂ 'ਤੇ ਹੈ, ਅਤੇ ਬਾਕੀ ਪੜਤਾਲ ਚੱਲ ਰਹੀ ਹੈ। ਕਿੰਨੇ ਫਾਇਰ ਕੀਤੇ ਗਏ ਨੇ ਸਰ? 2 ਫਾਇਰ ਕੀਤੇ। 2 ਫਾਇਰ ਕੀਤੇ ਗਏ ਜੀ ਸਰ, ਅਤੇ ਇਹ ਕਿੱਧਰੋਂ ਆਏ ਸੀ, ਕਿੱਥੇ ਕੁਛ ਪਤਾ ਲੱਗਿਆ, ਕਿਹੜੀ ਗੱਡੀ ਸੀ, ਕਿਸ ਗੱਡੀ 'ਚ ਆਏ ਸੀ ਹਮਲਾ ਕੀਤੇ? ਉਹ ਕਰ ਰਹੇ ਵੈਰੀਫਾਈ ਸਾਰਾ ਇਹਨਾਂ, ਜਿਹਦੀ ਚੱਲ ਰਹੀ ਹੈ ਪੜਤਾਲ।